ਪਿੰਡ ਪਿਛਲੇ 5 ਸਾਲ ਪਹਿਲਾਂ ਇਸ ਕਰਕੇ ਚਰਚਾ ਦੇ ਵਿੱਚ ਆਇਆ ਸੀਗਾ ਕਿਉਂਕਿ ਇੱਥੇ ਇੱਕੋ ਘਰ ਦੀ ਸੱਸ ਤੇ ਨੂੰਹ ਦੇ ਵਿਚਕਾਰ ਸਰਪੰਚੀ ਨੂੰ ਲੈ ਕੇ ਚੋਣ ਹੋਇਆ ਸੀਗਾ। ਨੂੰਹ ਨੇ ਬਾਜ਼ੀ ਮਾਰੀ ਸੀਗੀ ਔਰ ਸਰਪੰਚੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਸੀਗੇ, ਜਿਹਨੂੰ ਪਿੰਡ ਵਾਸੀਆਂ ਨੇ ਪਿਛਲੀ ਵਾਰੀ ਸਰਪੰਚ ਚੁਣਿਆ ਸੀਗਾ। ਉਹ 2 ਸਾਲ ਪਹਿਲਾਂ ਇੱਕੋ ਦਮ ਬਿਨਾਂ ਦੱਸੇ ਘਰਦਿਆਂ ਨੂੰ ਇੱਕ ਕੰਟਰੀ ਚਲੇ ਗਏ, ਸ਼ਾਇਦ ਸਾਈਪ੍ਰਸ ਕਹਿ ਰਹੇ ਨੇ, ਜਿਹਦੀ ਉਹਨਾਂ ਨੇ ਕੰਪਲੇਂਟ ਵੀ ਕੀਤੀ। ਸਰਪੰਚ ਮੈਡਮ ਕਦੋਂ ਕਿਸ ਤਰ੍ਹਾਂ ਵਿਦੇਸ਼ 'ਚ ਚਲੇ ਜਾਂਦੇ ਨੇ? ਪਿੰਡ ਵਾਸੀਆਂ ਨੂੰ ਤਾਂ ਉਦੋਂ ਪਤਾ ਲੱਗਾ ਆ ਕਿ ਜਦੋਂ ਉਹਨਾਂ ਦੇ ਘਰ ਵਿੱਚ ਆਹ ਦੇਖ ਲਓ ਜੀ ਹੁਣ ਚਲੇ ਗਈ ਆ, ਸਰਪੰਚ ਨਹੀਂ ਬਣਾਈ ਸੀਗੀ। ਪਿੰਡ ਵਾਲਿਆਂ ਦੇ ਨਾਲ ਉਲਟਾ ਉਹ ਮਤਲਬ ਇਸਤੀਫਾ ਕਰਨ ਲੱਗ ਗਏ, ਗੁੱਸਾ ਕਰਨ ਲੱਗ ਗਏ, ਲਿਖ ਕੇ ਨੱਪੇ। ਪ੍ਰੋਗਰਾਮ ਸੁਣੋ ਸਰਪੰਚ ਸਾਹਿਬ ਵਿੱਚ ਤੁਹਾਡਾ ਸਵਾਗਤ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਆਪਾਂ ਪੰਜਾਬ ਦੇ ਪਿੰਡ ਪਿੰਡ ਘੁੰਮ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਪਿੰਡਾਂ ਦੇ ਹਾਲਾਤ ਦਿਖਾਈਏ ਜੋ ਪਿਛਲੇ ਵਾਰ ਬੜੀ ਚਰਚਾ ਦਾ ਵਿਸ਼ਾ ਰਹੇ। ਇਸੇ ਲੜੀ ਦੇ ਤਹਿਤ ਆਪਾਂ ਇਸ ਵੇਲੇ ਜਲੰਧਰ ਜ਼ਿਲ੍ਹਾ ਦੇ ਪਿੰਡ ਬੇਗਮਪੁਰਾ ਦੇ ਵਿੱਚ ਖੜ੍ਹੇ ਹਾਂ। ਇਹ ਪਿੰਡ ਪਿਛਲੇ 5 ਸਾਲ ਪਹਿਲਾਂ ਇਸ ਕਰਕੇ ਚਰਚਾ ਦੇ ਵਿੱਚ ਆਇਆ ਸੀਗਾ ਕਿਉਂਕਿ ਇੱਥੇ ਇੱਕੋ ਘਰ ਦੀ ਸੱਸ ਅਤੇ ਨੂੰਹ ਦੇ ਵਿਚਕਾਰ ਸਰਪੰਚੀ ਨੂੰ ਲੈ ਕੇ ਚੋਣ ਹੋਇਆ ਸੀਗਾ। ਨੂੰਹ ਨੇ ਬਾਜ਼ੀ ਮਾਰੀ ਸੀਗੀ ਔਰ ਉਹ ਸਰਪੰਚੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਸੀਗੇ। ਨੂੰਹ ਸੱਸ ਦਾ ਰਿਸ਼ਤਾ ਸਿਆਸਤ ਦੇ ਵਿੱਚ ਬਦਲ ਗਿਆ, ਇੱਕੋ ਘਰ ਦੇ ਵਿੱਚ ਨੂੰਹ ਸੱਸ ਰਹਿੰਦੇ ਸੀਗੇ। ਸਰਪੰਚੀ ਮਿਲਣ ਤੋਂ ਬਾਅਦ ਹੁਣ ਕੀ ਹਾਲਾਤ ਬਣੇ ਇਸ ਪਿੰਡ ਦੇ? ਨੂੰ ਕਮਲਜੀਤ ਕੌਰ ਜੋ ਉਸ ਵੇਲੇ ਸਰਪੰਚ ਬਣੇ ਸੀਗੇ, ਉਹਨਾਂ ਨੇ ਕੀ ਹਾਸਲ ਕੀਤਾ, ਕੀ ਪਿੰਡ ਨੂੰ ਦਵਾਇਆ, ਇਹ ਤਮਾਮ ਪਹਿਲੂਆਂ 'ਤੇ ਆਪਾਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ। ਪਰ ਜੋ ਅਸੀਂ ਹੁਣ ਪਹਿਲਾਂ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਸੱਸ ਸੀਗੀ ਉਸ ਵੇਲੇ ਸਰਪੰਚੀ ਦੀ ਉਮੀਦਵਾਰ, ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੈਮਰੇ 'ਤੇ ਆਉਣ ਤੋਂ ਤਾਂ ਇਨਕਾਰ ਕਰ ਦਿੱਤਾ, ਪਰ ਉਹਨਾਂ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਨੂੰਹ ਜਿਹਨੂੰ ਪਿੰਡ ਵਾਸੀਆਂ ਨੇ ਪਿਛਲੀ ਵਾਰੀ ਸਰਪੰਚ ਚੁਣਿਆ ਸੀਗਾ, ਉਹ 2 ਸਾਲ ਪਹਿਲਾਂ ਇੱਕੋ ਦਮ ਬਿਨਾਂ ਦੱਸੇ ਘਰਦਿਆਂ ਨੂੰ ਇੱਕ ਕੰਟਰੀ ਚਲੇ ਗਏ, ਸ਼ਾਇਦ ਸਾਈਪ੍ਰਸ ਕਹਿ ਰਹੇ ਨੇ, ਜਿਹਦੀ ਉਹਨਾਂ ਨੇ ਕੰਪਲੇਂਟ ਵੀ ਕੀਤੀ। ਤਾਂ 2 ਸਾਲ ਹੋ ਗਏ ਨੇ ਸਰਪੰਚ ਕਮਲਜੀਤ ਕੌਰ ਇਸ ਪਿੰਡ ਦੀ ਸਰਪੰਚੀ ਵੀ ਛੱਡ ਕੇ ਕਿਸੇ ਹੋਰ ਦੇ ਸਰਪੰਚੀ ਹੈਂਡਓਵਰ ਕਰਕੇ ਪਿੰਡ ਤੋਂ ਚਲੇ ਗਏ। ਪਿੰਡ ਦੇ ਵਿੱਚ ਕੀ ਕਮਲਜੀਤ ਕੌਰ ਨੇ 3 ਸਾਲਾਂ ਦੇ ਵਿੱਚ ਕੋਈ ਕੰਮ ਕਰਾਇਆ ਨਹੀਂ ਕਰਾਇਆ, ਇਹ ਤਮਾਮ ਸਵਾਲ ਵੀ ਆਪਾਂ ਕਰਾਂਗੇ ਔਰ ਇਸ ਵੇਲੇ ਹੁਣ ਪਿੰਡ ਦੀ ਸਮੱਸਿਆਵਾਂ ਕੀ ਨੇ ਉਹ ਵੀ ਜਾਣਾਂਗੇ। ਕੀ ਹੁਣ ਸਰਪੰਚ ਦਾ ਪਿੰਡ ਵਾਸੀਆਂ ਨਾਲ ਸੰਪਰਕ ਹੈ ਜਾਂ ਨਹੀਂ, ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਇਸ ਪਿੰਡ ਦੇ ਹੀ ਨਾਗਰਿਕ ਮੌਜੂਦ ਨੇ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਚਿੱਤਰ ਹੈ ਜੀ, ਮੈਂ ਏਸੀ ਪਿੰਡ ਦਾ ਨਿਵਾਸੀ ਹਾਂ ਔਰ ਜੋ ਪਿਛਲੀ ਚੋਣਾਂ ਦੇ ਵਿੱਚ ਨੂੰਹ ਔਰ ਸੱਸ ਦੀ ਹੋਇਆ ਬਿਲਕੁਲ ਸਹੀ ਹੈ ਕਿ ਹੋਇਆ। ਉਸ ਤੋਂ ਬਾਅਦ ਉਹ ਸਰਪੰਚ ਨੇ ਕਮਲਜੀਤ ਕੌਰ ਨੇ ਉਹਨੇ ਜੋ ਵੀ ਮਤਲਬ ਅਸੀਂ ਕਹਿੰਦੇ ਹਾਂ ਸੀਗੇ ਉਸ ਟਾਈਮ ਦੇ ਵਿੱਚ ਜ਼ਰੂਰ ਕੀਤਾ ਔਰ ਜੋ ਵੀ ਕੀਤਾ ਉਹਨੇ ਚੰਗਾ ਕੀਤਾ। ਪਰ ਜਿਹੜੇ ਪਿਛਲੇ ਹਾਲਾਤ ਉਹਦੇ ਘਰ ਦੇ ਹਾਲਾਤ ਸੀਗੇ, ਫੈਮਿਲੀ ਪ੍ਰੋਬਲਮ ਸੀਗੀ ਜਿਹੜੀ, ਉਹ ਤਾਂ ਉਹ ਹੀ ਜਾਣਦੀ ਸੀਗੀ। ਉਹਦੇ ਕਰਕੇ ਉਹਨਾਂ ਨੇ ਕੋਈ ਫੈਸਲਾ ਇਸ ਤਰ੍ਹਾਂ ਦਾ ਲੈ ਲਿਆ ਕਿ ਉਹਨਾਂ ਨੂੰ ਅਸਤੀਫਾ ਦੇ ਕੇ ਉਹਨਾਂ ਨੂੰ ਫਿਰ ਅਸਤੀਫਾ ਦੇ ਦਿੱਤਾ ਉਹਨਾਂ ਨੇ ਅਸਤੀਫਾ ਦੇ ਕੇ ਛੱਡਣਾ ਪਿਆ। ਛੱਡ ਕੇ ਤਾਂ ਫਿਰ ਉਹ ਪਤਾ ਨਹੀਂ, ਉਹ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਵਿਦੇਸ਼ ਚਲੇ ਗਏ ਸੀਗੇ। ਪਰ ਕਿਸੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਸੀ ਜਾਣ ਤੋਂ ਪਹਿਲਾਂ ਕਿ ਮੈਂ ਵਿਦੇਸ਼ ਚੱਲਣੀ ਹੈ, ਮੈਂ ਅਸਤੀਫਾ ਦੇ ਲਾਂਗੀ, ਕਿਸੇ ਨਾਲ ਸੰਪਰਕ ਕੀਤਾ ਸੀ? ਇਹਦੇ ਬਾਰੇ ਸਰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਵੀ ਪਿੰਡ ਵਾਸੀਆਂ ਨੂੰ ਕੋਈ ਪਤਾ ਹੋਏਗਾ। ਪਿੰਡ ਵਾਸੀਆਂ ਨੂੰ ਤਾਂ ਉਦੋਂ ਪਤਾ ਲੱਗਾ ਆ ਕਿ ਜਦੋਂ ਉਹਨਾਂ ਦੇ ਘਰ ਵਿੱਚ ਆਹ ਦੇਖ ਲਓ ਜੀ ਹੁਣ ਚਲੇ ਗਈ ਆ, ਤੁਸੀਂ ਸਰਪੰਚ ਨਹੀਂ ਬਣਾਈ ਸੀਗੀ। ਪਿੰਡ ਵਾਲਿਆਂ ਨੂੰ ਉਲਟਾ ਪਿੰਡ ਵਾਲਿਆਂ ਦੇ ਨਾਲ ਉਲਟਾ ਉਹ
ਮਤਲਬ ਇਸ ਗੁੱਸਾ ਕਰਨ ਲੱਗ ਗਏ, ਲੇਕਿਨ ਲੱਪੇ ਕਿ ਅਸੀਂ ਆਹ ਦੇਖੋ ਤੁਸੀਂ ਸਰਪੰਚ ਨਹੀਂ ਬਣਾਏ ਸੀਗੇ, ਉਹ ਦੇਖੋ ਹੁਣ ਪਤਾ ਨਹੀਂ ਕਿੱਥੇ ਚਲ ਗਈ ਆ, ਫਲਾਣਾ ਟਮਕਾਣਾ ਜੇ ਆ ਬੂਆ, ਅਤੇ ਉਹ ਮਤਲਬ ਕਹਿਣੇ ਦਾ ਭਾਵ ਆ ਉਲਟਾ ਚੋਰ ਕੋਤਵਾਲੀ ਨੂੰ ਡਾਂਟੇ। ਚਲੋ ਪਰਿਵਾਰਕ ਜਿਹੜਾ ਝਗੜਾ ਉਹ ਇੱਥੇ ਪਹੁੰਚ ਗਿਆ, ਪਿੰਡ ਵਾਸੀਆਂ ਤੱਕ ਪਹੁੰਚ। ਪਿੰਡ 'ਚ ਫਿਰ ਕੀ ਕੰਮ ਕਰਾਏ ਸੀ ਕਮਲਜੀਤ ਕੌਰ ਨੇ ਉਦੋਂ ਤੱਕ? ਉਸ ਟਾਈਮ ਜਿਸ ਟਾਈਮ ਸਾਡੇ ਉਹਨਾਂ ਨੇ ਇਹ ਰੋਡ ਔਰ ਗੁਰਦੁਆਰਾ ਸਾਹਮਣੇ ਆਪਣੇ ਉੱਥੇ ਟੈਲਿੰਗ ਕਰਾਈ, ਔਰ ਕੁਛ ਹਿੱਸਾ ਜਿਹੜਾ ਸੀਗਾ ਗਲੀਆਂ ਨਾਲੀਆਂ ਦਾ, ਗਲੀਆਂ ਨਾਲੀਆਂ ਸਾਰੀਆਂ ਜਿਹੜੀਆਂ ਆ ਉੱਥੇ ਪਵਾਏ, ਪੈਪ ਪਵਾਏ ਆ ਉਹਨਾਂ ਨੇ, ਐਸੀ ਕੋਈ ਗੱਲ ਨਹੀਂ, ਉਹਨਾਂ ਨੇ ਬਹੁਤ ਕੰਮ ਕੀਤੇ ਆ ਉਸ ਟਾਈਮ ਦੇ ਵਿੱਚ। ਔਰ ਉਹ ਕੰਮ ਕਰਦਿਆਂ ਦੇ ਵਿੱਚ ਉਹ ਚਲੇ ਗਏ। ਉਸ ਤੋਂ ਬਾਅਦ ਕਿਸੇ ਪਿੰਡ ਵਾਸੀਆਂ ਨਾਲ ਸੰਪਰਕ ਕਰਦੇ ਨੇ, ਗੱਲਬਾਤ ਕਰਦੇ ਨੇ ਜਾਂ ਨਹੀਂ? ਹੁਣ ਕੋਈ ਸੰਪਰਕ ਨਹੀਂ ਹੈ ਇਹਦੇ ਬਾਰੇ ਆਪਾਂ ਨੇ, ਸਾਡੇ ਨਾਲ ਕੋਈ ਸੰਪਰਕ ਨਹੀਂ ਹੈ, ਇਹ ਪਤਾ ਨਹੀਂ ਜਿਹਨਾਂ ਦਾ ਹੁੰਦਾ ਹੋਊਗਾ ਉਹਦੇ ਬਾਰੇ ਵੀ ਸਾਨੂੰ ਕੋਈ ਪਤਾ ਨਹੀਂ। ਹੁਣ ਅੱਗੇ ਪਿੰਡ ਦੀਆਂ ਸਮੱਸਿਆਵਾਂ ਕੀ ਨੇ, ਕਿਉਂਕਿ ਹੁਣ ਤੁਹਾਡੇ ਪਿੰਡ ਦੇ ਹਾਲਾਤ ਕੀ ਨੇ, ਸਰਬਸੰਮਤੀ ਨਾਲ ਚੁਣਨਾ ਜਾਂ ਕੀ ਹਾਲਾਤ ਨੇ ਹੁਣ? ਐਕਚੁਅਲੀ ਇਸ ਤਰ੍ਹਾਂ ਜੀ, ਸਾਡੇ ਹੁਣ ਇਸ ਵੇਲੇ ਹਾਲਾਤ ਇਸ ਤਰ੍ਹਾਂ ਨੇ ਕਿ ਅਸੀਂ ਪਹਿਲੇ ਬੜਾ ਕੋਸ਼ਿਸ਼ ਕੀਤੀ ਸੀ ਕਿ ਸਰਬਸੰਮਤੀ ਨਾਲ ਹੋ ਜਾਏ, ਪਰ ਉਹ ਹਾਲੇ ਤੀਕਰ ਨਹੀਂ ਬਣਿਆ ਹੈ, ਇਸ ਕਰਕੇ ਹਾਲੇ ਤੱਕਰ ਕੋਈ ਮਤਲਬ ਨਹੀਂ। ਸਮੱਸਿਆਵਾਂ ਸਾਡੀਆਂ ਜਿਹੜੀਆਂ ਨਾ ਹੈਗੀਆਂ ਜ਼ਿਆਦਾ ਨੇ, ਅਤੇ ਉਹਦੇ ਨਾਲ ਨਾਲ ਅਸੀਂ ਕਿਹਾ ਸੀਗਾ ਕਿ ਸਰਬਸੰਮਤੀ ਨਾਲ ਹੋ ਜਾਵੇ ਤਾਂ ਬਹੁਤ ਹੀ ਅੱਛਾ ਹੈ। ਔਰ ਜਿਹੜੇ ਸਾਡੇ ਸਾਬਕਾ ਸਰਪੰਚ ਪਹਿਲੇ ਖੜ੍ਹੇ ਸੀਗੇ ਉਹ ਬੜੇ ਮਤਲਬ, ਅਸੀਂ ਉਹਨਾਂ ਨੂੰ ਬੜੇ ਉਤਸ਼ਾਹ ਦੇ ਨਾਲ ਕਿਹਾ ਸੀਗਾ ਵੀ ਤੁਸੀਂ ਸਰਪੰਚ ਬਣਨਾ ਆ, ਉਹ ਵੀ ਤਿਆਰ ਸੀਗੇ, ਔਰ ਜਿੰਨੇ ਕੰਮ ਕਰਨੇ ਸੀਗੇ ਪਹਿਲ ਦੇ ਆਧਾਰ ਦੇ ਉੱਤੇ ਉਹ ਉਹਨਾਂ ਨੇ ਲੀਕ ਕਰ ਲਏ, ਨੋਟ ਕਰ ਲਏ ਸੀਗੇ ਕਿ ਆਪਾਂ ਆਹ ਕੰਮ ਕਰਨੇ ਆ। ਅੱਛਾ, ਉਸ ਤੋਂ ਬਾਅਦ ਫਿਰ ਕਹਿੰਦੇ ਜੀ ਵੀ ਉਹਨਾਂ ਨੇ ਤਾਂ ਇਸ ਤਰ੍ਹਾਂ ਉਹ ਤਾਂ ਪਹਿਲੇ ਹੀ ਬਣ ਚੁੱਕੇ ਆ, ਕੋਈ ਕਵੇ ਕਿ ਪਹਿਲੇ ਨਹੀਂ, ਜਿਹੜਾ ਪਹਿਲੇ ਬਣੇ ਉਹ ਨਹੀਂ ਬਣਨੇ ਚਾਹੀਦੇ, ਕੋਈ ਕਵੇ ਕਿ ਲਓ ਜੀ ਇਹ ਇਸ ਤਰ੍ਹਾਂ, ਕੋਈ ਕਵੇ ਇਸ ਤਰ੍ਹਾਂ। ਅਸੀਂ ਕਿਹਾ ਤੁਸੀਂ ਕਿਸ ਤਰ੍ਹਾਂ ਵੀ ਮਰਜ਼ੀ ਹੈ, ਕਮ ਸੇ ਕਮ ਤੁਸੀਂ ਇਹ ਆਪਣਾ ਜਿਹੜਾ ਪਿੰਡ ਵਾਸਤੇ ਜਿਹੜਾ ਸਾਡਾ ਬਣ ਰਿਹਾ, ਗੌਰਮੈਂਟ ਸਾਨੂੰ ਦੇ ਰਹੀ ਹੈ, ਉਹ ਸਰਬਸੰਮਤੀ ਨਾਲ ਬਣ ਰਿਹਾ ਆ, ਉਹ ਜਿਹੜਾ ਦੇਣਾ ਆ ਨਹੀਂ ਦੇਣਾ ਆ, ਇਹਨ ਕੁਛ ਕਰਨਾ ਜਾਂ ਨਹੀਂ ਕਰਨਾ ਆ, ਉਹ ਬਾਅਦ ਦੀ ਗੱਲ ਆ। ਪਹਿਲੇ ਆਪਾਂ ਸਰਬਸੰਮਤੀ ਨਾਲ ਗੌਰਮੈਂਟ ਦੇ ਕੋਲੋਂ ਜਿਹੜੀ ਸਰਬਸੰਮਤੀ ਬਣੀ ਨਹੀਂ ਹੈ, ਬਣੀ ਨਹੀਂ ਹਾਲੇ ਤੱਕ। ਮੈਂ ਹੋ, ਤੁਹਾਡਾ ਕੀ ਨਾਮ ਹੈ ਜੀ? ਮੋਹਨ ਲਾਲ ਜੀ। ਮੋਹਨ ਲਾਲ ਜੀ, ਕੀ ਸਮੱਸਿਆਵਾਂ ਨੇ ਪਿੰਡ ਦੀਆਂ ਇਸ ਵੇਲੇ? ਫਿਰ ਸਮੱਸਿਆ ਤਾਂ ਬਹੁਤ ਹੈ ਜੀ ਪਿੰਡ ਦੀਆਂ, ਲੇਕਿਨ ਪੂਰੀਆਂ ਨਹੀਂ ਹੋ ਰਹੀਆਂ, ਕੋਈ ਵੀ ਸਰਪੰਚ ਬਣਦਾ ਪੂਰੀਆਂ ਨਹੀਂ ਕਰ ਰਿਹਾ ਸਮੱਸਿਆ। ਜਿਹੜੀ ਸਰਪੰਚ ਨੂੰ ਤੁਸੀਂ ਚੁਣਿਆ ਸੀਗਾ ਪਿਛਲੀ ਵਾਰ, ਤਾਂ ਫਿਰ ਉਹਨਾਂ ਨੇ ਠੀਕ ਕੀਤਾ ਕਿ ਉਹ 3 ਸਾਲ ਦੇ ਵਿੱਚ ਹੀ ਸਰਪੰਚੀ ਛੱਡ ਕੇ ਚਲੇ ਗਏ? ਉਹਨਾਂ ਨੇ ਠੀਕ ਕੀਤਾ, ਜਿੰਨਾ ਵੀ ਨਾਲੀਆਂ ਪੱਕੀਆਂ ਕੀਤੀਆਂ ਬਣਾਈਆਂ ਅਤੇ ਠੀਕ ਕੀਤਾ, ਉਹ ਫਿਰ ਬਾਹਰ ਚਲੇ ਗਿਆ। ਹਾਂਜੀ, ਹੋਰ ਕੀ ਹੋਰ ਕੀ ਉਮੀਦਾਂ ਨੇ ਜਿਹੜਾ ਨਵਾਂ ਸਰਪੰਚ ਬਣੇਗਾ? ਅਸੀਂ ਉਮੀਦ ਕਰਦੇ ਹਾਂ ਵੀ ਜਿਹੜਾ ਪਿੰਡ ਦਾ ਵਿਕਾਸ ਹੋਵੇ ਅਤੇ ਜਿਹੜੀ ਪਾਣੀ ਦੀ ਸਮੱਸਿਆ ਉਹ ਹੱਲ ਹੋਵੇ, ਟੈਂਕੀ ਲੱਗਣੀ ਚਾਹੀਦੀ ਹੈ ਪਿੰਡ ਦੇ ਵਿੱਚ। ਅਤੇ ਪਰ ਇਸ ਵਾਰੀ ਇਹ ਪਿੰਡ ਮੈਨੂੰ ਲੱਗਦਾ ਰਿਸ਼ਤੇਦਾਰੀਆਂ ਤੋਂ ਦੂਰ ਹੋ ਗਿਆ, ਕਿ ਜਿਵੇਂ ਪਿਛਲੀ ਵਾਰੀ ਇਹ ਚਰਚਾ 'ਚ ਆ ਗਿਆ ਸੀਗਾ ਨੂੰਹ ਸੱਸ ਦਾ ਰਿਸ਼ਤਾ ਆ ਗਿਆ ਸੀ ਵਿੱਚ, ਹੁਣ ਇੱਦਾਂ ਨਹੀਂ, ਹੁਣ ਅਲੱਗ ਅਲੱਗ ਉਮੀਦਵਾਰ ਖੜ੍ਹੇ ਹੋ ਰਹੇ, ਅਲੱਗ ਅਲੱਗ ਉਮੀਦਵਾਰ ਖੜ੍ਹੇ ਆ, ਦੋ ਉਮੀਦਵਾਰ ਖੜ੍ਹੇ ਹੋਏ ਆ ਇਸ ਟਾਈਮ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਮਦਨ ਲਾਲ ਜੀ। ਮਦਨ ਲਾਲ ਜੀ, ਤੁਸੀਂ ਇੱਥੇ ਦੁਕਾਨਦਾਰੀ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਵਿੱਚ ਕੀ ਸਮੱਸਿਆਵਾਂ ਹੈਗੀਆਂ ਨੇ ਔਰ ਕੀ ਹੱਲ ਹੋਣੇ ਚਾਹੀਦੇ ਨਵੀਂ ਪੰਚਾਇਤ ਤੋਂ, ਕੀ ਉਮੀਦਾਂ ਨੇ ਤੁਹਾਨੂੰ? ਸਮੱਸਿਆਵਾਂ ਜੋ ਆਮ ਹੁੰਦੀਆਂ ਜੀ ਉਹ ਪੂਰੀਆਂ ਹੋਣੀਆਂ ਚਾਹੀਦੀਆਂ, ਜੋ ਵੀ ਛੋਟੇ ਮੋਟੇ ਕੰਮ ਹੈ ਜੀ ਕਰਾਉਣੇ ਚਾਹੀਦੇ ਆ। ਹਾਂਜੀ, ਬਾਕੀ
ਪਿੰਡ ਦਾ ਵਿਕਾਸ ਹੋਵੇ। ਬਚਿੱਤਰ ਸਿੰਘ ਜੀ, ਪਿੰਡ ਦਾ ਵਿਕਾਸ ਤਾਂ ਲੱਗਦਾ ਕਿ ਇਹ ਰਿਸ਼ਤੇਦਾਰੀ ਦੇ ਵਿੱਚ ਜਿਹੜੀ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ ਉਹਦੇ ਕਰਕੇ ਪਿੰਡ ਦਾ ਵਿਕਾਸ ਕਿਤੇ ਨਾ ਕਿਤੇ ਰੁਕਿਆ, ਡਿਲੇ ਤੇ ਆਉਂਦਾ ਹੀ ਹੈ। ਡਿਲੇ ਆਉਂਦਾ ਜੀ, ਉਸ ਡਿਲੇ ਦੀ ਖਾਤਰ ਹੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਉਦੋਂ ਉਸ ਟਾਈਮ ਨੂੰ ਯਾਦ ਕਰਦੇ ਹੋਏ ਇਸ ਟਾਈਮ ਅਸੀਂ ਇਹੋ ਹੀ ਸੋਚਿਆ ਸੀਗਾ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਸਰਬਸੰਮਤੀ ਕਰ ਲੈਣੀ ਚਾਹੀਦੀ ਆ, ਜਾਂ ਕਿ ਪਿਛਲੀਆਂ ਗਲਤੀਆਂ ਕਹਿ ਲਈਏ ਜਾਂ ਸਾਡੀ ਪਿਛਲੀ ਨਾਕਾਮੀ ਸਮਝੀਏ ਪਿੰਡ ਵਾਸੀਆਂ ਦੀ, ਉਹ ਸਾਡੀ ਕਵਰ ਹੋ ਸਕਦੀ ਆ ਔਰ ਅਸੀਂ ਉਸ ਪਹਿਲੀ ਲੀਹ ਦੇ ਉੱਤੇ ਆ ਸਕਦੇ ਹਾਂ। ਅੱਛਾ, ਤੁਹਾਨੂੰ ਇਹ ਵੀ ਪਤਾ ਹੈ ਕਿ ਪਰਿਵਾਰ ਵਾਲਿਆਂ ਨੇ ਆਪਣੀ ਹੀ ਨੂੰ, ਮਤਲਬ ਯਾਨੀ ਕਿ ਸਾਬਕਾ ਸਰਪੰਚ ਜਿਹੜੇ ਨੇ ਕਮਲਜੀਤ ਕੌਰ ਦੇ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ? ਮੈਂ ਕਿਹਾ ਜੀ ਕੇਸ ਵੀ ਚੱਲਿਆ ਉਹਨਾਂ ਦੇ, ਤਰੀਕਾਂ ਵੀ ਭੁਗਤੀਆਂ ਉਹਨਾਂ ਦੀਆਂ, ਐਸੀ ਗੱਲ ਨਹੀਂ ਹੈ। ਹੁਣ ਨਵੇਂ ਸਰਪੰਚ ਤੋਂ ਫਿਰ ਤੁਸੀਂ ਉਹੀ ਉਮੀਦਾਂ ਰੱਖਦੇ ਹੋ ਕਿ ਬਈ ਇਹਨਾਂ ਚੀਜ਼ਾਂ 'ਚ ਨਾ ਪਵੇ, ਇੱਕ ਸਰਪੰਚ ਫਰੀ ਮਾਈਂਡ ਹੋਣਾ ਚਾਹੀਦਾ? ਬਿਲਕੁਲ ਬਿਲਕੁਲ, ਅਸੀਂ ਵਿਕਾਸ ਕਰਾਵੇ, ਪਿੰਡ ਦਾ ਵਿਕਾਸ ਕਰਾਵੇ, ਗੁਰਦੁਆਰੇ ਦੇ ਜੋ ਵੀ ਕੰਮ ਰੁਕੇ ਉਹ ਪੂਰੇ ਹੋਣ, ਬਾਕੀ ਜੰਝ ਘਰ ਲਈ ਜਗ੍ਹਾ ਲੈਣੀ ਆ ਉਹਦੇ ਉਹ ਵੀ ਲੈ ਕੇ ਦੇਣੀ ਚਾਹੀਦੀ। ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਕਿ ਅਸਤੀਫੇ ਵਾਲੀ ਤੁਸੀਂ ਗੱਲ ਕੀਤੀ ਸੀ ਕਿ ਫਿਰ ਕਿਵੇਂ ਅਸਤੀਫੇ ਤੋਂ ਬਾਅਦ ਕਿਵੇਂ ਫਿਰ ਕਿਹਨਾਂ ਨੂੰ ਇਸ ਪਿੰਡ ਦਾ ਚਾਰਜ ਦਿੱਤਾ ਗਿਆ ਬਾਅਦ 'ਚੋਂ? ਇਸ ਪਿੰਡ ਦਾ ਚਾਰਜ ਫਿਰ ਲੇਡੀਜ਼ ਦੀ ਜਗ੍ਹਾ ਲੇਡੀਜ਼ ਨੂੰ ਦਿੱਤਾ ਗਿਆ ਸੀ, ਉਹ ਫਿਰ ਲੇਡੀਜ਼ ਨੇ ਉਹਨਾਂ ਨੇ ਅੱਜ ਤੱਕ ਉਹਨਾਂ ਨੇ ਆਪਣਾ ਉਹ ਹੈਂਡਓਵਰ ਕਰਕੇ ਗਏ ਸੀਗੇ ਕਿ ਪਿੰਡ ਵਾਲਿਆਂ ਨੇ ਤੈਅ ਕੀਤਾ? ਕਿ ਪਿੰਡ ਵਾਲਿਆਂ ਨੇ ਤੈਅ ਕੀਤਾ, ਪਿੰਡ ਵੱਲੋਂ ਕੋਈ ਮੈਸੇਜ ਨਹੀਂ ਸੀਗਾ ਕਿ ਕਿਹਨੂੰ ਕੀ ਕਰਨਾ। ਵੀਡੀਓ ਸਾਨੂੰ ਕਹਿ ਰਹੇ ਸੀਗੇ, ਵੀਡੀਓ ਦੀ ਤਰਫ ਤੋਂ ਸਾਨੂੰ ਆਇਆ ਸੀ ਮੈਂ ਇੱਥੇ ਪਿੰਡ ਵਾਸੀਆਂ ਨੂੰ ਕਿ ਬਾਈ ਤੁਹਾਡੇ ਪਿੰਡ ਦੇ ਸਰਪੰਚ ਜਿਹੜੀ ਆ ਉਹ ਅਸਤੀਫਾ ਦੇ ਗਏ ਹਨ ਅਤੇ ਅਸੀਂ ਇੱਥੇ ਸਰਕਾਰੀ ਮਤਲਬ ਵੀਡੀਓ ਤਰਫ ਤੋਂ ਆਦਮੀ ਲਗਾ ਦੇਵਾਂਗੇ, ਤੁਹਾਡੀਆਂ ਜੋ ਵੀ ਸਮੱਸਿਆ ਹੋਣਗੀਆਂ। ਅਸੀਂ ਉਸੇ ਵੇਲੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੀ ਤੁਹਾਡਾ ਸਰਕਾਰੀ ਆਦਮੀ ਜਾਊਗਾ, ਉਹ ਪਤਾ ਨਹੀਂ ਕਦੋਂ ਸਾਡੀ ਸਮੱਸਿਆ ਸੁਣੂਗਾ, ਕਦੋਂ ਉਹ ਕਰਾਊਗਾ, ਕਦੋਂ ਨਹੀਂ ਕਰੂਗਾ, ਸਾਨੂੰ ਇਨਫੋਰਮ ਕੋਈ ਨਹੀਂ ਹੋਏਗਾ, ਸਾਨੂੰ ਕੋਈ ਪਤਾ ਨਹੀਂ ਲੱਗੇਗਾ। ਇਸ ਕਰਕੇ ਅਸੀਂ ਜੇ ਆਪਣਾ ਆਦਮੀ ਅਸੀਂ ਉਹਦੀ ਜਗ੍ਹਾ ਆਦਮੀ ਦੇ ਲਈਏ ਫਾਰਦਰ, ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਤੁਸੀਂ ਆਪਣਾ ਆਦਮੀ ਦੇ ਦਿਓ, ਤਾਂ ਕਿ ਅਸੀਂ ਉਸ ਫਿਰ ਉਹਨਾਂ ਲੇਡੀ ਨੂੰ। ਪਰ ਇਹੀ ਮੈਂ ਫਿਰ ਇੱਕ ਵਾਰੀ ਗੱਲ ਕਰਾਂਗਾ ਕਿ ਜਿਹੜੀ ਸਰਪੰਚ ਕਮਲਜੀਤ ਕੌਰ ਸੀਗੇ ਉਸ ਵੇਲੇ ਦੇ, ਉਹਨਾਂ ਨੇ ਸੰਪਰਕ ਕਿਸੇ ਪਿੰਡ ਵਾਸੀ ਨਾਲ ਕੋਈ ਜ਼ਿਆਦਾ ਸੰਪਰਕ ਨਹੀਂ ਕੀਤਾ, ਜੇ ਜਿਹੜੇ ਜਾਣ ਪਛਾਣ ਵਾਲੇ ਹੋਣਗੇ ਉਹਨਾਂ ਨਾਲ ਹੀ ਕੀਤਾ, ਉਹਦਾ ਪਿੰਡ ਨੂੰ ਕੋਈ ਸਾਂਝਾ ਮੈਸੇਜ ਜਾਂ ਕੁਛ ਇੱਦਾਂ ਦਾ ਮੈਸੇਜ ਨਹੀਂ ਸੀ ਮੈਂ ਬਾਹਰ ਜਾ ਰਹੀ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕੋਈ ਸਾਡੇ ਨਾਲ ਸਾਂਝਾ ਮੈਸੇਜ ਕਿਸੇ ਦੇ ਨਾਲ ਜਿਨ੍ਹਾਂ ਨੇ ਕੀਤਾ ਹੋਊਗਾ ਆਪਾਂ ਨਹੀਂ ਕਹਿ ਸਕਦੇ, ਸਾਨੂੰ ਨਹੀਂ ਪਤਾ। ਪਰ ਬਾਕੀ ਆਮ ਜਿੱਦਾਂ ਕਰਨੀ ਚਾਹੀਦੀ ਹੈ ਕਿ ਭਾਈ ਮੈਂ ਜਾ ਰਹੀ ਹਾਂ ਜਿਸ ਤਰ੍ਹਾਂ ਮੇਰੀ ਜਗ੍ਹਾ 'ਤੇ ਜੋ ਤੁਸੀਂ ਦੇਖ ਲਿਓ ਜਿਹਨੂੰ ਮੈਂ ਲਾਉਣਾ ਆ ਜੋ ਵੀ ਕਰਨਾ ਆ ਕਰਨਾ ਚਾਹੀਦਾ ਸੀ, ਪਿੰਡ ਵਾਲਿਆਂ ਨਾਲ ਸੰਪਰਕ ਕਰਨਾ ਚਾਹੀਦਾ ਸੀ, ਚਾਹੀਦਾ ਸੀ, ਬਿਲਕੁਲ ਚਾਹੀਦਾ ਸੀਗਾ ਸੰਪਰਕ। ਕਾਰਨ ਪਤਾ ਲੱਗਦਾ ਕਿਉਂ ਵਿਦੇਸ਼ ਚਲੇ ਗਏ ਆ? ਆਪਸੀ ਪਰਿਵਾਰਕ ਰਿਸ਼ਤਾ ਹੀ ਵਿਗੜ ਗਏ ਜਾਂ ਕਿੱਥੇ ਕੋਈ ਮੌਕਾ ਵਧੀਆ ਮਿਲ ਗਿਆ, ਓਪਰਚੁਨਿਟੀ ਵਧੀਆ ਮਿਲ ਗਈ ਬਾਹਰ ਜਾਣ ਦੀ? ਇਹ ਹੁਣ ਉਹਨਾਂ ਨੂੰ ਪਤਾ ਹੋਊਗਾ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ, ਅਸੀਂ ਤਾਂ ਫੈਮਿਲੀ ਪ੍ਰੋਬਲਮ ਉਹ ਵਿੱਚ ਨਹੀਂ ਆਉਣਾ। ਫੈਮਿਲੀ ਪ੍ਰੋਬਲਮ ਕਰਕੇ ਪਿੰਡ ਵਾਸੀਆਂ ਨੂੰ ਤਾਂ ਭੁਗਤਣਾ ਹੀ ਪੈਣਾ ਕਿਤੇ ਨਾ ਕਿਤੇ। ਬਿਲਕੁਲ, ਬਹੁਤ ਭੁਗਤਣਾ ਪਿਆ ਜੀ ਸਾਨੂੰ, ਹਾਲੇ ਤੱਕ ਅਸੀਂ ਭੁਗਤ ਰਹੇ ਹਾਂ। ਅਸੀਂ ਉਹਨਾਂ ਨੂੰ ਇਸੇ ਕਰਕੇ ਅਸੀਂ ਇਹ ਕਹਿ ਰਹੇ ਸੀਗੇ ਕਿ ਇਸ ਟਾਈਮ ਅਸੀਂ ਉਹ ਨਾ ਭੁਗਤੀਏ, ਪਿਛਲਾ ਸਾਡਾ ਜਿਹੜਾ ਕਵਰ ਹੋ ਜਾਵੇ, ਅਸੀਂ ਉਸੀ ਲੀਹ ਦੇ ਉੱਤੇ ਆ ਜਾਈਏ, ਆ ਕੇ ਸਾਡਾ ਪਿੰਡ ਦਾ ਡਿਵਲਪਮੈਂਟ ਹੋਣੀ ਸ਼ੁਰੂ ਹੋ ਜਾਵੇ, ਅਸੀਂ ਜੋ ਸਾਡੇ ਕੰਮ ਰੁਕੇ ਹੋਏ ਉਹ ਜਲਦੀ ਤੋਂ ਜਲਦੀ ਹੋ ਜਾਣ। ਇਸ ਕਰਕੇ ਅਸੀਂ ਇਹ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ, ਤਾਂ ਇਹ ਪਿੰਡ ਵਾਸੀ ਬੇਗਮਪੁਰਾ ਪਿੰਡ ਜਿਹੜਾ ਪਿਛਲੇ ਪੰਚਾਇਤੀ ਚੋਣਾਂ ਦੇ ਵੇਲੇ ਬੜਾ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਇੱਕੋ ਘਰ ਦੇ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ, ਨੂੰਹ ਔਰ ਸੱਸ ਸਰਪੰਚੀ ਦੇ ਉਮੀਦਵਾਰ ਸੀਗੇ, ਨੂੰਹ ਨੂੰ ਪਿੰਡ ਵਾਸੀਆਂ ਨੇ ਸਰਪੰਚ ਤਾਂ ਬਣਾ ਦਿੱਤਾ, ਕਮਲਜੀਤ ਕੌਰ ਸਰਪੰਚ ਬਣੇ, ਪਰ ਉਹ 3 ਸਾਲ ਦੀ ਸਰਪੰਚੀ ਕਰਨ ਤੋਂ ਬਾਅਦ ਸਰਪੰਚੀ ਤੋਂ ਅਸਤੀਫਾ ਦੇ ਕੇ ਵਿਦੇਸ਼ ਚਲੇ ਗਏ। ਹਾਲਾਂਕਿ ਇੱਕ ਪੱਖ ਕਮਲਜੀਤ ਕੌਰ ਦਾ ਵੀ ਵੱਖਰਾ ਹੈ, ਪਰ ਜੋ ਇਹ 'ਚ ਕਾਨੂੰਨੀ
ਆਸਪੈਕਟ ਹੈ ਕਿ ਦੋਵਾਂ ਧਿਰਾਂ ਦੇ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਔਰ ਜੋ ਪਿੰਡ ਵਾਸੀ ਵੀ ਬੋਲ ਰਹੇ ਨੇ ਕਿ ਇਸ ਵਾਰੀ ਇਹਨਾਂ ਨੂੰ ਉਮੀਦ ਸੀਗੀ ਕਿ ਸਰਬਸੰਮਤੀ ਨਾਲ ਕੋਈ ਸਰਪੰਚ ਚੁਣ ਲੈਣ, ਕਿਉਂਕਿ ਪਿਛਲੀ ਵਾਰੀ ਚੋਣਾਂ ਦੇ ਗੇੜੇ ਦੇ ਵਿੱਚ ਜਦੋਂ ਇਹ ਪਏ ਤਾਂ ਜਦੋਂ ਸਰਪੰਚ ਚੁਣੇ ਗਏ ਇਹਨਾਂ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਬਿਨਾਂ ਦੱਸੇ ਕਮਲਜੀਤ ਕੌਰ ਇੱਥੋਂ ਚਲੀ ਗਈ ਹੈ, ਉਹਦੇ ਕਰਕੇ ਪਿੰਡ ਦੀ ਵਿਕਾਸ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੋਇਆ। ਕੈਮਰਾਮੈਨ ਮਨੀਸ਼ ਦੇ ਨਾਲ ਰਿਮਾਂਸ਼ੂ ਕਾਬਾ, ਦੈਨਿਕ ਸੂਰਿਆ ਟੀਵੀ, ਬੇਗਮਪੁਰਾ ਪਿੰਡ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।